ਦੀਆਂ ਲਾਸ਼ਾਂ ਭਰ ਭਰ ਖੱਲਾ ਹੈ ਪਿਓ ਫਰੀਦ ਤੇ ਬਿਜਲੀ ਦਾਦਾ ਭਾਜੀਆਂ ਮੋੜ ਕਰ ਦੋ ਵਾਦ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਅਤੇ ਤੁਹਾਡਾ ਸਭ ਦਾ ਸਵਾਗਤ ਆ ਤੁਹਾਡੇ ਆਪਣੇ ਯੂਟਿਊਬ ਚੈਨਲ ਫੈਕਟ ਪੰਜਾਬ ਉੱਤੇ। ਸਾਡੀ ਪਿਛਲੀ ਵੀਡੀਓ ਜੋ ਕਿ ਅਸੀਂ ਅਰਜਨ ਢਿੱਲੋਂ ਦੇ ਗੀਤ ਹੌਟ ਸ਼ੀਟ ਉੱਪਰ ਬਣਾਈ ਸੀ, ਉਸ ਉੱਤੇ ਸਾਨੂੰ ਬਹੁਤ ਸਾਰੇ ਵੀਰਾਂ ਅਤੇ ਭੈਣਾਂ ਦੇ ਅਰਜਨ ਦੇ ਗੀਤ ਸੰਦਲਬਾਰ ਨੂੰ ਲੈ ਕੇ ਵੀਡੀਓ ਬਣਾਉਣ ਦੇ ਕਮੈਂਟ ਆਏ। ਸੋ ਤੁਹਾਡੀ ਇੰਨੀ ਡਿਮਾਂਡ ਨੂੰ ਦੇਖ ਅਸੀਂ ਅਰਜਨ ਦੇ ਇਸ ਗੀਤ ਨੂੰ ਪੂਰੀ ਗਹਿਰਾਈ ਵਿੱਚ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਾਂਗੇ। ਅਰਜਨ ਦਾ ਗੀਤ ਸੰਦਲਬਾਰ ਦੁੱਲੇ ਭੱਟੀ ਦੀ ਜ਼ਿੰਦਗੀ ਦੇ ਉਸ ਕਿੱਸੇ ਨੂੰ ਬਿਆਨ ਕਰਦਾ ਹੈ ਜਦ ਦੁੱਲਾ ਭੱਟੀ ਆਪਣੇ ਨਾਨਕੇ ਗਿਆ ਹੁੰਦਾ ਅਤੇ ਮੁਗਲ ਫੌਜਾਂ ਉਸਦੇ ਪਿੰਡ 'ਤੇ ਹਮਲਾ ਕਰ ਉਸਦੀ ਮਾਂ, ਘਰਵਾਲੀ ਅਤੇ ਬਾਕੀ ਔਰਤਾਂ ਨੂੰ ਚੁੱਕ ਕੇ ਲਿਜਾ ਰਹੇ ਹੁੰਦੇ ਹਨ। ਤਦ ਦੁੱਲੇ ਦੀ ਮਾਂ ਜੋ ਕੁਝ ਬੋਲ ਬੋਲ ਕੇ ਦੁੱਲੇ ਨੂੰ ਆਵਾਜ਼ਾਂ ਮਾਰਦੀ ਆ, ਉਹ ਸਭ ਇਸ ਗੀਤ ਦੇ ਰਾਹੀਂ ਅਰਜਨ ਸਾਡੇ ਸਾਹਮਣੇ ਪੇਸ਼ ਕਰਦਾ ਹੈ। ਪਰ ਸਵਾਲ ਇਹ ਉੱਠਦਾ ਕਿ ਦੁੱਲਾ ਨਾਨਕੇ ਕਰਨ ਕੀ ਗਿਆ ਅਤੇ ਮੁਗਲਾਂ ਨੇ ਉਸਦੇ ਪਿੰਡ ਉੱਪਰ ਹਮਲਾ ਕੀਤਾ ਹੀ ਕਿਉਂ। ਸੋ ਇਹ ਜਾਣਨ ਦੀ ਸਾਨੂੰ ਇਤਿਹਾਸ ਵੱਲ ਝਾਤੀ ਮਾਰਨੀ ਪਵੇਗੀ। ਦੁੱਲੇ ਦਾ ਪਰਿਵਾਰ ਪਿੰਡੀ ਭੱਟੀਆਂ ਦਾ ਰਹਿਣ ਵਾਲਾ ਸੀ। ਦੁੱਲੇ ਦੇ ਪਰਿਵਾਰ ਦੀ ਮੁਗਲਾਂ ਨਾਲ ਸ਼ੁਰੂ ਤੋਂ ਹੀ ਵਿਗੜੀ ਹੋਈ ਸੀ। ਅਸਲ ਵਿੱਚ ਮੁਗਲ ਹਕੂਮਤ ਪਿੰਡੀ ਭੱਟੀਆਂ ਦੇ ਲੋਕਾਂ ਉੱਪਰ ਤਸ਼ੱਦਦ ਕਰਦੀ ਅਤੇ ਕਾਫ਼ੀ ਲਗਾਨ ਵੀ ਵਸੂਲਦੀ ਸੀ। ਦੁੱਲੇ ਦਾ ਦਾਦਾ ਸੰਦਲ ਭੱਟੀ ਕਾਫ਼ੀ ਅਣਖੀ ਬੰਦਾ ਸੀ। ਉਹ ਇਹ ਸਭ ਬਰਦਾਸ਼ਤ ਨਾ ਕਰ ਸਕਿਆ ਅਤੇ ਉਸਨੇ ਮੁਗਲਾਂ ਖਿਲਾਫ਼ ਬਗਾਵਤ ਕਰ ਦਿੱਤੀ। ਲਾਹੌਰ ਦਾ ਇੰਚਾਰਜ ਮੁਗਲ ਹੈਬਤ ਖਾਂ ਬੜਾ ਪਰੇਸ਼ਾਨ ਹੋਇਆ ਅਤੇ ਉਸਨੇ ਭੱਟੀਆਂ ਨੂੰ ਸਬਕ ਸਿਖਾਉਣ ਦੀ ਠਾਣ ਲਈ। ਹੈਬਤ ਖਾਂ ਨੇ ਦੁੱਲੇ ਦਾ ਦਾਦਾ ਸੰਦਲ ਭੱਟੀ ਅਤੇ ਪਿਤਾ ਫਰੀਦ ਭੱਟੀ ਦੋਨੋਂ ਹਮਲਾ ਕਰਕੇ ਬੰਦੀ ਬਣਾ ਲਏ। ਮੁਗਲਾਂ ਨੇ ਕਾਫ਼ੀ ਲਾਲਚ ਦਿੱਤੇ ਪਰ ਦੁੱਲੇ ਦੇ ਦਾਦੇ ਅਤੇ ਪਿਓ ਨੇ ਉਹਨਾਂ ਦੀ ਇੱਕ ਨਾ ਮੰਨੀ। ਅਖੀਰ ਦੁੱਲੇ ਦੇ ਦਾਦੇ ਅਤੇ ਪਿਓ ਦੋਨਾਂ ਨੂੰ ਦਿੱਲੀ ਫਾਂਸੀ ਲਾ ਦਿੱਤੀ ਗਈ। ਫਾਂਸੀ ਲਾਉਣ ਤੋਂ ਬਾਅਦ ਇਹਨਾਂ ਦੀਆਂ ਲਾਸ਼ਾਂ ਵਿੱਚ ਤੂੜੀ ਭਰ ਕੇ 3 ਦਿਨਾਂ ਤੱਕ ਦਿੱਲੀ ਦਰਵਾਜ਼ੇ 'ਤੇ ਲਟਕਾ ਕੇ ਰੱਖੀਆਂ ਗਈਆਂ। ਇਸੇ ਗੱਲ ਦਾ ਜ਼ਿਕਰ ਅਰਜਨ ਢਿੱਲੋਂ ਆਪਣੇ ਗੀਤ ਸੰਦਲਬਾਰ ਵਿੱਚ ਕੁਝ ਇਸ ਤਰ੍ਹਾਂ ਕਰਦਾ ਹੈ। ਸਹਾਗ ਵੇਖਾ ਦੀਆਂ ਗੱਲਾਂ ਟੰਗੀਆਂ ਲਾਸ਼ਾਂ ਭਰ ਭਰ ਖੱਲਾ ਹੈ ਪਿਓ ਫਰੀਦ ਤੇ ਬਿਜਲੀ ਦਾਦਾ। ਹੁਣ ਇਸ ਖੂਨ ਖਰਾਬੇ ਤੋਂ ਡਰਦੀ ਦੁੱਲੇ ਦੀ ਮਾਂ ਲੱਦੀ ਨੇ ਦੁੱਲੇ ਨੂੰ ਬਚਪਨ ਤੋਂ ਹੀ ਉਸਦੇ ਪਿਓ ਤੇ ਦਾਦੇ ਦੀ ਇਸ ਮੌਤ ਦੇ ਬਾਰੇ ਕਦੇ ਨਾ ਦੱਸਿਆ। ਪਰ ਦੁੱਲੇ ਦੇ ਵਿੱਚ ਖੂਨ ਤਾਂ ਇੱਕ ਬਾਗੀ ਦਾ ਹੀ ਦੌੜ ਰਿਹਾ ਸੀ। ਜਦ ਵੀ ਮੁਗਲ ਲਗਾਨ ਲੈਣ ਲਈ ਆਉਂਦੇ ਤਾਂ ਦੁੱਲੇ ਦਾ ਖੂਨ ਖੌਲਦਾ ਪਰ ਉਹ ਕੁਝ ਨਾ ਕਰਦਾ। ਇੱਕ ਵਾਰ ਇੱਕ ਗੁਆਂਢੀ ਦੁੱਲੇ ਨਾਲ ਲੜ ਪਿਆ ਅਤੇ ਉਸਨੇ ਗੁੱਸੇ ਵਿੱਚ ਕਹਿ ਦਿੱਤਾ ਕਿ ਜੇ ਬਾਹਾਂ ਦਾ ਜ਼ੋਰ ਦਿਖਾਉਣਾ ਤਾਂ ਉਹਨਾਂ ਮੁਗਲਾਂ ਨੂੰ ਦਿਖਾ ਜਿਨ੍ਹਾਂ ਨੇ ਤੇਰੇ ਪਿਓ ਦਾਦੇ ਨੂੰ ਦਿੱਲੀ ਦਰਵਾਜ਼ੇ 'ਤੇ ਲਟਕਾਇਆ ਸੀ। ਦੁੱਲੇ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸਨੇ ਆਪਣੀ ਮਾਂ ਤੋਂ ਉਸਦੇ ਪਿਓ ਦਾਦੇ ਨਾਲ ਜੋ ਕੁਝ ਹੋਇਆ ਉਸਦੇ ਬਾਰੇ ਪੁੱਛਿਆ। ਅਖੀਰ ਲੱਦੀ ਨੂੰ ਸੱਚ ਦੱਸਣਾ ਪਿਆ ਅਤੇ ਦੁੱਲੇ ਦੀਆਂ ਅੱਖਾਂ ਖੂਨ ਨਾਲ ਭਰ ਗਈਆਂ। ਥੋੜ੍ਹੇ ਸਮੇਂ ਬਾਅਦ ਇੱਕ ਮੁਗਲ ਬੱਗਾ ਮਲਕੇਰਾ ਚਨਾਹ ਦਰਿਆ ਪਾਰ ਕਰ ਰਿਹਾ ਸੀ। ਤਦ ਦੁੱਲੇ ਨੇ ਆਪਣੇ ਪਿੰਡ ਦੇ ਸਾਥੀਆਂ ਨਾਲ ਉਸਦੀ ਫੌਜ ਉੱਪਰ ਹਮਲਾ ਕਰ ਦਿੱਤਾ ਅਤੇ ਦੁੱਲੇ ਨੇ ਬੱਗੇ ਮਲਕੇਰੇ ਦਾ ਸਿਰ ਧੜ ਨਾਲੋਂ ਅਲੱਗ ਕਰ ਦਿੱਤਾ। ਦੁੱਲੇ ਨੇ ਬੱਗੇ ਮਲਕੇਰੇ ਦਾ ਸਿਰ ਮੁਗਲ ਬਾਦਸ਼ਾਹ ਅਕਬਰ ਨੂੰ ਤੋਹਫ਼ਾ ਕਹਿ ਕੇ ਭੇਜ ਦਿੱਤਾ। ਲਾਹੌਰ 'ਚ ਜਦ ਅਕਬਰ ਨੂੰ ਇਹ ਵੱਡਿਆ ਸਿਰ ਮਿਲਿਆ ਤਾਂ ਉਸਦੇ 36 ਕੱਪੜੇ ਅੱਗ ਲੱਗ ਗਈ। ਸੋ ਮਿਰਜ਼ਾ ਨਿਜ਼ਾਮੂਦੀਨ ਅਕਬਰ ਦੇ ਕਹੇ ਆਪਣੀ 12,000 ਦੀ ਫੌਜ ਨਾਲ ਪਿੰਡੀ ਪੱਟੀਆਂ ਵੱਲ ਚੜ੍ਹਾਈ ਕਰ ਦਿੰਦਾ ਹੈ। ਉੱਧਰ ਦੂਜੇ ਪਾਸੇ ਦੁੱਲੇ ਭੱਟੀ ਦੀ ਮਾਂ ਲੱਦੀ ਨੂੰ ਇੱਕ ਸੁਪਨਾ ਆਉਂਦਾ ਹੈ ਜਿਸ ਵਿੱਚ ਉਸਨੂੰ ਦੁੱਲੇ ਦਾ ਸਰੀਰ ਟੁੱਟਿਆ ਦਿਖਾਈ ਦਿੰਦਾ। ਨਾਲ ਹੀ ਇੱਕ ਪਰਭਾ ਪੰਡਿਤ ਦੁੱਲੇ ਨੂੰ ਦੱਸਦਾ ਹੈ ਕਿ ਮੇਰੀ ਪੋਥੀ ਦੇ ਮੁਤਾਬਿਕ ਤੈਨੂੰ 8 ਕੁ ਦਿਨਾਂ ਲਈ ਕਿਤੇ ਹੋਰ ਚਲੇ ਜਾਣਾ ਚਾਹੀਦਾ ਹੈ ਕਿਉਂਕਿ 8 ਦਿਨ ਤੇਰੀ ਹਾਰ ਹੈ ਅਤੇ 9ਵੇਂ ਦਿਨ ਤੇਰੀ ਜਿੱਤ। ਸੋ ਮਾਂ ਦੇ ਸੁਪਨਿਆਂ ਅਤੇ ਪੰਡਿਤ ਦੀ ਗੱਲ 'ਤੇ ਯਕੀਨ ਕਰ ਦੁੱਲਾ ਆਪਣੇ ਨਾਨਕੇ ਪਿੰਡ ਚਲੇ ਜਾਂਦਾ ਹੈ। ਸੋ ਦੋਸਤੋ, ਹੁਣ ਤੁਹਾਨੂੰ ਇਹ ਤਾਂ ਪਤਾ ਲੱਗ ਹੀ ਗਿਆ ਕਿ ਦੁੱਲਾ ਆਪਣੇ ਨਾਨਕੇ ਕਿਉਂ ਗਿਆ ਅਤੇ ਉੱਧਰ ਮੁਗਲਾਂ ਦੀ ਫੌਜ ਉਸਦੇ ਪਿੰਡ ਚੜ੍ਹ ਕੇ ਕਿਉਂ ਆਈ ਸੀ। ਸੋ ਜਦ ਹੁਣ ਮੁਗਲ ਫੌਜ ਨੇ ਹਮਲਾ ਕੀਤਾ ਤਾਂ ਉਹਨਾਂ ਨੇ ਪਿੰਡੀ ਪੱਟੀਆਂ ਦਾ ਸਾਰਾ ਪਿੰਡ ਤਬਾਹ ਕਰ ਦਿੱਤਾ। ਉਹ ਦੁੱਲੇ ਦੀ ਘਰਵਾਲੀ, ਮਾਂ ਅਤੇ ਬਾਕੀ ਔਰਤਾਂ ਨੂੰ ਚੁੱਕ ਕੇ ਆਪਣੇ ਨਾਲ ਲਿਜਾਣ ਲੱਗੇ।
ਸੋ ਇਸ ਵਕਤ ਹੀ ਦੁੱਲੇ ਦੀ ਮਾਂ ਆਪਣੇ ਪੁੱਤ ਨੂੰ ਮਦਦ ਦੀ ਗੁਹਾਰ ਲਾਉਂਦੀ ਹੈ ਅਤੇ ਮੈਰੋ ਪੋਸਤੀ ਜੋ ਕਿ ਦੁੱਲੇ ਦਾ ਦੋਸਤ ਸੀ ਉਸ ਨੂੰ ਆਖਦੀ ਹੈ ਕਿ ਇਸ ਤੋਂ ਅੱਗੇ ਦੁੱਲੇ ਦੀ ਮਾਂ ਆਖਦੀ ਹੈ ਕਿ ਕਿੱਥੇ ਰਹਿ ਗਿਆ ਤੇਰਾ ਵੀਰ ਉਹ ਬੈਠਾ ਕਿਉਂ ਹੁਣੀ ਨੂੰ ਭੁੱਲਾ ਮਦਦ ਲੈਣ ਗਿਆ ਸਹੀ ਦੁੱਲਾ। ਦੁੱਲੇ ਦੇ ਪਿੰਡ ਦੀਆਂ 500 ਤੋਂ ਜ਼ਿਆਦਾ ਔਰਤਾਂ ਅਤੇ ਬਾਕੀ ਦੋਸਤ ਮਿੱਤਰ ਰਲ ਕੇ ਮੁਗਲਾਂ ਦਾ ਟਾਕਰਾ ਤਾਂ ਕਰਦੇ ਨੇ ਪਰ ਫੌਜ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਉਹ ਬਾਹਲਾ ਚਿਰ ਟਿਕ ਨਹੀਂ ਪਾਉਂਦੇ ਅਤੇ ਫੌਜ ਉਹਨਾਂ ਨੂੰ ਬੰਦੀ ਬਣਾ ਕੇ ਆਪਣੇ ਨਾਲ ਲਿਜਾਣ ਲੱਗਦੀ ਹੈ। ਉੱਧਰ ਦੁੱਲੇ ਦਾ ਮਿੱਤਰ ਉਸਦੇ ਨਾਨਕੇ ਜਾ ਉਸ ਨੂੰ ਵੰਗਾਰਦਾ ਹੈ ਕਿ ਤੂੰ ਇੱਥੇ ਬੈਠਾ ਸ਼ਰਾਬਾਂ ਪੀ ਰਿਹਾ, ਉੱਧਰ ਆਪਣੀਆਂ ਔਰਤਾਂ ਮੁਗਲ ਫੌਜਾਂ ਚੁੱਕੀ ਲਿਜਾ ਰਹੇ ਨੇ। ਇਹ ਸੁਣ ਦੁੱਲਾ ਗੁੱਸੇ ਨਾਲ ਭਰ ਗਿਆ ਅਤੇ ਦੁੱਲੇ ਦੇ ਮਾਮੇ ਨੇ ਉਸ ਨੂੰ 500 ਆਦਮੀ ਦਿੱਤੇ ਅਤੇ ਮੁਗਲਾਂ 'ਤੇ ਚੜ੍ਹਾਈ ਕਰਨ ਲਈ ਕਿਹਾ। ਜਦ ਮਿਰਜ਼ਾ ਨਿਜ਼ਾਮੂਦੀਨ ਭਿੰਡੀ ਲਾਲ ਸਿੰਘ ਜੋ ਕਿ ਭੱਟੀਆਂ ਦਾ ਹੀ ਇੱਕ ਹੋਰ ਇਲਾਕਾ ਸੀ ਉੱਥੋਂ ਲੰਘਣ ਲੱਗਦਾ ਹੈ ਤਾਂ ਬੁੱਢਾ ਲਾਲ ਸਿੰਘ ਦੇਖਦਾ ਹੈ ਕਿ ਇਹ ਤਾਂ ਸਾਡੇ ਭੱਟੀਆਂ ਦੀਆਂ ਔਰਤਾਂ ਨੂੰ ਬੰਦੀ ਬਣਾ ਕੇ ਲਿਜਾ ਰਹੇ ਹਨ। ਤਾਂ ਉਹ ਆਪਣੇ ਇਲਾਕੇ ਦੇ ਲੋਕਾਂ ਨੂੰ ਇਕੱਠੇ ਕਰਦਾ ਅਤੇ ਸਭ ਨੂੰ ਉਹਨਾਂ ਉੱਪਰ ਹਮਲਾ ਕਰਨ ਲਈ ਆਖਦਾ। ਤਾਂ ਇਕੱਠੇ ਹੋ ਕੇ ਸਾਰੇ ਲੋਕ ਆਖਣ ਲੱਗਦੇ ਨੇ ਕਿ ਅਸੀਂ ਕੀ ਲੈਣਾ ਇਹਨਾਂ ਤੋਂ, ਇਹ ਤਾਂ ਸਾਡੇ ਦੁਸ਼ਮਣ ਦੀਆਂ ਜਨਾਨੀਆਂ ਨੇ। ਇੱਥੇ ਦੱਸ ਦਈਏ ਕਿ ਲਾਲ ਸਿੰਘ ਬੁੱਢੇ ਦੇ ਮੁੰਡੇ ਦਾ ਕਤਲ ਦੁੱਲੇ ਭੱਟੀ ਨੇ ਕੀਤਾ ਸੀ ਜਿਸ ਦੀ ਵਜ੍ਹਾ ਕਰਕੇ ਇਹਨਾਂ ਦੀ ਆਪਸ ਵਿੱਚ ਨਹੀਂ ਸੀ ਬਣਦੀ। ਪਰ ਲਾਲ ਸਿੰਘ ਨੇ ਕਿਹਾ ਕਿ ਭਾਵੇਂ ਦੁੱਲਾ ਸਾਡਾ ਦੁਸ਼ਮਣ ਹੈ ਤਾਂ ਲੋਕ ਤਾਂ ਇਹੀ ਕਹਿਣਗੇ ਕਿ ਭੱਟੀਆਂ ਦੀਆਂ ਜਨਾਨੀਆਂ ਮੁਗਲ ਚੌਕ ਕੇ ਲੈ ਗਏ। ਸੋ ਲਾਲ ਸਿੰਘ ਦੀਆਂ ਗੱਲਾਂ ਸੁਣ ਸਾਰਿਆਂ ਨੇ ਮਿਲ ਕੇ ਮੁਗਲਾਂ 'ਤੇ ਹਮਲਾ ਕਰ ਦਿੱਤਾ। ਉੱਧਰੋਂ ਮਗਰੋਂ ਦੀ ਦੁੱਲਾ ਵੀ ਆਪਣੇ 500 ਬੰਦਿਆਂ ਨਾਲ ਮੁਗਲਾਂ ਦੀ ਘੱਟ ਵੱਡ ਸ਼ੁਰੂ ਕਰ ਦਿੰਦਾ ਹੈ। ਅਖੀਰ ਨਿਜ਼ਾਮੂਦੀਨ ਦੀ ਫੌਜ ਭੱਜ ਜਾਂਦੀ ਹੈ ਅਤੇ ਨਿਜ਼ਾਮੂਦੀਨ ਦੁੱਲੇ ਦੀ ਮਾਂ ਦੇ ਪੈਰੀ ਡਿੱਗ ਮਾਫ਼ੀ ਮੰਗਣ ਲੱਗਦਾ ਹੈ। ਦੁੱਲੇ ਦੀ ਮਾਂ ਨਿਜ਼ਾਮੂਦੀਨ ਦੀ ਜਾਨ ਬਖਸ਼ ਦਿੰਦੀ ਹੈ ਅਤੇ ਉਹ ਉੱਥੋਂ ਭੱਜ ਕੇ ਲਾਹੌਰ ਚਲੇ ਜਾਂਦਾ ਹੈ। ਨਿਜ਼ਾਮੂਦੀਨ ਅਕਬਰ ਨਾਲ ਸਲਾਹ ਕਰਦਾ ਕਿ ਦੁੱਲੇ ਨੂੰ ਸਿੱਧੇ ਤਰੀਕੇ ਨਾਲ ਲੜ ਕੇ ਨਹੀਂ ਜਿੱਤਿਆ ਜਾ ਸਕਦਾ, ਸੋ ਉਹਨਾਂ ਨੇ ਕੋਈ ਹੋਰ ਤਰੀਕਾ ਲੱਭਿਆ। ਨਿਜ਼ਾਮੂਦੀਨ ਨੇ ਦੁੱਲੇ ਦੇ ਨਾਲ ਦੋਸਤੀ ਪਾ ਲਈ ਅਤੇ ਉਸ ਨੂੰ ਇੱਕ ਦਿਨ ਸ਼ਿਕਾਰ ਖੇਡਣ ਦੇ ਲਈ ਸੱਦਿਆ। ਦੁੱਲਾ ਸ਼ਿਕਾਰ ਖੇਡਣ ਦਾ ਸ਼ੌਕੀਨ ਸੀ, ਸੋ ਉਸਦੇ ਸੱਦੇ 'ਤੇ ਚਲੇ ਵੀ ਗਿਆ ਪਰ ਸ਼ਿਕਾਰ ਖੇਡਦੇ ਦੁੱਲੇ ਨੂੰ ਨਿਜ਼ਾਮੂਦੀਨ ਨੇ ਧੋਖੇ ਦੇ ਨਾਲ ਘੇਰਾ ਪਾ ਲਿਆ ਅਤੇ ਉਸ ਨੂੰ ਚਲਾਕੀ ਦੇ ਨਾਲ ਬੰਦੀ ਬਣਾ ਲਿਆ। ਅਕਬਰ ਬਾਦਸ਼ਾਹ ਨੇ ਦੁੱਲੇ ਨੂੰ ਕਈ ਲਾਲਚ ਦਿੱਤੇ ਪਰ ਆਪਣੇ ਪਿਓ ਦਾਦੇ ਦੀ ਤਰ੍ਹਾਂ ਉਸਨੇ ਵੀ ਲਾਲਚਾਂ ਨੂੰ ਠੋਕਰ ਮਾਰ ਦਿੱਤੀ। ਇਸ ਤਰ੍ਹਾਂ ਅਖੀਰ ਦੁੱਲੇ ਨੂੰ ਵੀ ਫਾਂਸੀ ਦੀ ਸਜ਼ਾ ਸੁਣਾਈ ਗਈ ਅਤੇ ਉਸ ਨੂੰ ਵੀ ਦਿੱਲੀ ਦਰਵਾਜ਼ੇ 'ਤੇ ਲਟਕਾਇਆ ਗਿਆ। ਪਰ ਦੋਸਤੋ, ਫਾਂਸੀ ਵੇਲੇ ਦੁੱਲੇ ਦੇ ਚਿਹਰੇ 'ਤੇ ਕੋਈ ਵੀ ਚਿੰਤਾ ਜਾਂ ਡਰ ਦੀ ਨਿਸ਼ਾਨੀ ਨਹੀਂ ਸੀ, ਬਲਕਿ ਉਸਦੀਆਂ ਮੁੱਛਾਂ ਖੜੀਆਂ ਸਨ ਅਤੇ ਚਿਹਰੇ 'ਤੇ ਨੂਰ ਚਮਕ ਰਿਹਾ ਸੀ। ਸੋ ਦੋਸਤੋ, ਇਹ ਸੀ ਦੁੱਲੇ ਭੱਟੀ ਦੀ ਕਹਾਣੀ ਅਤੇ ਉਹਨਾਂ ਦੀ ਜ਼ਿੰਦਗੀ ਨਾਲ ਜੁੜਿਆ ਉਹ ਕਿੱਸਾ ਜਿਸ ਨੂੰ ਅਰਜਨ ਢਿੱਲੋਂ ਨੇ ਆਪਣੀ ਲਿਖਤ ਦੇ ਨਾਲ ਬਖੂਬੀ ਪੇਸ਼ ਕੀਤਾ ਹੈ। ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਸੀਂ ਜਲਦ ਹੀ ਅਰਜਨ ਢਿੱਲੋਂ ਦੇ ਬਾਕੀ ਗੀਤਾਂ ਨਾਲ ਜੁੜੀਆਂ ਵੀਡੀਓਜ਼ ਲੈ ਕੇ ਜਲਦ ਹਾਜ਼ਰ ਹੋਵਾਂਗੇ। ਧੰਨਵਾਦ।